ਅੰਮ੍ਰਿਤਸਰ ਵਿਖੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਏ ਹਨ। ਇਸ ਤੋਂ ਪਹਿਲਾਂ ਵੀ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਡਾ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਮਹਿਲਾ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਨਜ਼ਰ ਆਏ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸੰਤੋਖ ਸਿੰਘ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ ਸੀ, ਪਰ ਇੱਕ ਜ਼ਮੀਨੀ ਘੁਟਾਲੇ ਵਿੱਚ ਅਦਾਲਤ ਨੇ ਸੰਤੋਖ ਸਿੰਘ ਨੂੰ 5 ਸਾਲ ਦੀ ਸਜ਼ਾ ਸੁਣਾਈ ਹੈ। ਸ਼ਿਕਾਇਤਕਰਤਾ ਲਖਬੀਰ ਸਿੰਘ ਦੇ ਮੁਤਾਬਿਕ CKD ਦੇ ਪ੍ਰਧਾਨ ਸੰਤੋਖ ਸਿੰਘ ਨੇ ਇੱਕ ਝੂਠਾ ਡਾਕੂਮੈਂਟ ਤਿਆਰ ਕਰਕੇ ਉਸਦੀ ਜ਼ਮੀਨ ਨੂੰ ਆਪਣੇ ਨਾਂ ਉੱਤੇ ਕਰਵਾ ਲਿਆ ਸੀ। ਲਾਇਆ ਜੀ ਕਿ ਸਾਡੀ ਜ਼ਮੀਨ ਹੈਗੀ ਸੀ ਪੁਰਖਾਂ ਦੀ, ਸਾਨੂੰ ਮਿਲੀ ਸੀ ਵਿਰਾਸਤ 'ਚ, ਅਤੇ ਉਸ ਜ਼ਮੀਨ ਨੂੰ ਇਹਨੇ ਇੱਕ ਝੂਠਾ ਡਾਕੂਮੈਂਟ ਤਿਆਰ ਕੀਤਾ 18/2/1967 ਸਾਡੇ ਬਜ਼ੁਰਗਾਂ ਨਾਲ, ਜਿਹੜੇ ਕਿ ਉਸ ਤੋਂ ਕਈ ਸਾਲ ਪਹਿਲੇ ਮਰ ਚੁੱਕੇ ਸੀ, ਉਹਨਾਂ ਦੇ ਨਾਂ 'ਤੇ, ਸਾਡੇ ਬਜ਼ੁਰਗਾਂ ਦੇ ਜਿਨ੍ਹਾਂ ਦੀ ਜ਼ਮੀਨ ਸਾਨੂੰ ਮਿਲੀ, ਉਹ ਤਿਆਰ ਕਰਕੇ ਇਹਨੇ ਕੇਸ ਪਾ ਦਿੱਤਾ ਜੀ ਕਿ ਇਹ ਜ਼ਮੀਨ ਦਾ ਮੈਂ ਮਾਲਕ ਹਾਂ। ਇਹ ਦੇਖੋ ਮੈਂ ਇਹਨਾਂ ਦੇ, ਇਹ ਇਕਰਾਰਨਾਮਾ ਹੋਇਆ, ਇਸ ਇਕਰਾਰਨਾਮੇ ਦੇ ਹਿਸਾਬ ਨਾਲ ਮੈਂ ਉਹ ਖਰੀਦੀ, ਇਹਨਾਂ ਦੇ ਬਜ਼ੁਰਗਾਂ ਕਰੋ, ਇਹਨਾਂ ਦਾ ਕੋਈ ਹੱਥ ਵਾਸਤਾ। ਕਿੰਨੀ ਜ਼ਮੀਨ ਸੀ? ਜ਼ਮੀਨ ਹੈਗੀ ਜੀ ਟੋਟਲ ਇਸ ਵਕਤ 12 ਕਨਾਲ 11 ਮਰਲੇ। ਦੂਜੇ ਪਾਸੇ ਵਕੀਲ ਅਜੇ ਵਿਰਮਾਨੀ ਦਾ ਕਹਿਣਾ ਹੈ ਕਿ ਜ਼ਮੀਨ ਘੁਟਾਲੇ ਦਾ ਇਹ ਮਾਮਲਾ ਕਾਫੀ ਦੇਰ ਤੋਂ ਕੋਰਟ ਵਿੱਚ ਚੱਲ ਰਿਹਾ ਸੀ ਅਤੇ ਹੁਣ ਅਦਾਲਤ ਨੇ ਇਸ ਮਾਮਲੇ ਵਿੱਚ ਸਜ਼ਾ ਸੁਣਾਈ ਹੈ। ਸੰਤੋਖ ਸਿੰਘ ਜੀ ਨੂੰ 467 ਥੱਲੇ 5 ਸਾਲ, 468 ਥੱਲੇ 4 ਸਾਲ, 420 ਥੱਲੇ 2 ਸਾਲ, 471 ਥੱਲੇ ਵੀ ਸਜ਼ਾ ਔਰ 120B ਥੱਲੇ 5 ਸਾਲ ਦੀ ਸਜ਼ਾ ਹੋਈ ਹੈ। ਮੈਕਸੀਮਮ 5 ਸਾਲ ਸਜ਼ਾ ਹੋਈ ਹੈ ਉਹਨਾਂ ਨਾਲ, ਫਾਈਨ ਹੋਇਆ ਉਹਨਾਂ। ਉਹਨਾਂ ਦੇ ਨਾਲ ਇੱਕ ਹੋਰ ਸੀਗਾ ਇੰਦਰਜੀਤ ਸਿੰਘ, ਜਿਹੜੇ ਉਹ ਪ੍ਰੋਕਲੇਮ ਡਿਫੈਂਡਰ ਡਿਕਲੇਅਰ, ਇੰਦਰਪਾਲ ਸਿੰਘ ਜਿਹੜੇ ਪ੍ਰੋਕਲੇਮ ਡਿਫੈਂਡਰ ਡਿਕਲੇਅਰ ਹੋ ਚੁੱਕੇ ਨੇ। ਇੰਦਰਪਾਲ ਸਿੰਘ ਪ੍ਰੋਕਲੇਮ ਡਿਫੈਂਡਰ ਹੈ, ਉਹ ਬਾਹਰ ਨੇ, ਉਹ ਇੱਥੇ ਕੰਟਰੀ 'ਚ ਆਏ ਹੀ ਨਹੀਂ ਕੇਸ ਲੜਨ ਵਾਸਤੇ, ਉਹ ਆਲਰੇਡੀ ਪ੍ਰੋਕਲੇਮ ਡਿਫੈਂਡਰ। ਇੱਥੇ ਵਰਣਨਯੋਗ ਹੈ ਕਿ ਚੀਫ਼ ਖਾਲਸਾ ਦੀਵਾਨ ਦੇ 2 ਪ੍ਰਧਾਨ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਹੁਣ ਵੇਖਣਾ ਹੋਵੇਗਾ ਕਿ ਕਮੇਟੀ ਵੱਲੋਂ ਅਗਲਾ ਪ੍ਰਧਾਨ ਕਿਸ ਨੂੰ ਚੁਣਿਆ ਜਾਂਦਾ ਹੈ। ਜਗਬਾਣੀ TV ਚੰਡੀਗੜ੍ਹ ਲਈ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ।